ਕਹਿੰਦੀ ਗੱਲ ਹੈ ਕਿ ਮੇਰੀਆਂ ਪੈਰਾਂ ਦੀਆਂ ਨਸਾਂ ਖਰਾਬ ਹੋ ਗਈਆਂ ਮੇਰੇ ਪੈਰ ਨੀਲੇ ਹੋ ਗਏ ਜਾਂ ਮੇਰੇ ਪੈਰਾਂ 'ਚ ਫੋੜੇ ਹੋ ਗਏ ਆ ਪਰ ਮੈਂ ਦੱਸਣਾ ਚਾਹੁੰਗਾ ਇੱਕ ਆਰਡੀਨਰੀ ਬਿਮਾਰੀ ਨਹੀਂ ਹੈ ਇਹ ਬਿਮਾਰੀ ਕਾਫੀ ਖਰਾਬ ਤੇ ਬਹੁਤ ਜ਼ਿਆਦਾ ਖਰਾਬੀ ਹੋ ਸਕਦੀ ਹੈ ਜਿਹਨੂੰ ਕਿ ਅਸੀਂ ਕੈਂਸਰ ਦੇ ਰੂਪ 'ਚ ਵੀ ਗਿਣ ਸਕਦੇ ਆ ਕਹਿੰਦੇ ਬਿਮਾਰੀ ਵੈਰੀਕਸ ਵੇਨ ਹੈ ਤੇ ਉਹਦਾ ਰਿਜ਼ਲਟ ਹੁੰਦਾ ਹੈ ਵੀਨਸ ਅਲਸਰ ਜੋ ਧਿਆਨ ਨਾ ਦਿੱਤਾ ਜਾਏ ਤਾਂ ਉਹ ਫੋੜਾ ਕਦੀ ਵੀ ਠੀਕ ਨਹੀਂ ਹੁੰਦਾ ਪੈਰ ਕਾਲੇ ਹੋ ਜਾਂਦੇ ਆ ਪੈਰ ਨੀਲੇ ਹੋ ਜਾਂਦੇ ਆ ਵੱਡੇ ਵੱਡੇ ਫੋੜੇ ਬਣ ਜਾਂਦੇ ਆ ਤੇ ਬਦਕਿਸਮਤ ਲੋਕਾਂ ਦੇ ਪੈਰ ਕਟਨੇ ਵੀ ਪੈ ਜਾਂਦੇ ਆ ਜੇ ਵੈਰੀਕੋਸ ਵੇਨ ਜੇ अर्ਲੀ ਸਟੇਜ ਦੇ ਵਿੱਚ ਅਪੋਧਾ ਇਲਾਜ ਕਰਾਇਆ ਜਾਏ ਤਾਂ ਬਹੁਤ ਵਧੀਆ ਢੰਗ ਨਾਲ ਲੇਜ਼ਰ ਵਿਧੀ ਦੁਆਰਾ ਕੀਤਾ ਜਾ ਸਕਦਾ ਮਰੀਜ਼ ਸੈਕਿੰਡ ਡੇ ਤੋਂ ਤੁਰ ਫਿਰ ਸਕਦਾ ਹੈ ਸਾਰਾ ਕੰਮਕਾਰ ਕਰ ਸਕਦਾ ਕੋਈ ਤਕਲੀਫ ਨਹੀਂ ਹੁੰਦੀ ਉਹਨੂੰ ਇਹ ਲੇਜ਼ਰ ਜਿਹੜੀ ਹੈਗੀ ਇਹ ਤਾਂ ਨਾ ਆਰਐਫਏ ਹੈ ਜੋ ਜਰਮਨ ਤੋਂ ਇمپੋਰਟ ਕੀਤੀ ਗਈ ਹੈ ਇਹਦੇ ਦੁਆਰਾ ਮਰੀਜ਼ ਸੈਕਿੰਡ ਡੇ ਤੋਂ ਹੀ ਆਪਣੇ ਕੰਮਕਾਰ ਚ ਵਾਪਸ ਜਾ ਸਕਦਾ ਕੋਈ ਵੀ ਜੀਵਨ სპੋਰਟਸ ਪਰਸਨ ਵੀ ਆਪਣੀ ਰੂਟੀਨ ਜ਼ਿੰਦਗੀ ਚ ਆਪਣੀ ਐਕਸਰਸਾਈਜ਼ ਨੂੰ ਆਪਟ ਕਰ ਸਕਦਾ ਹੈ ਜੇ ਕਿਸੇ ਕਿਸਮ ਦੀ ਵੀ ਤੁਹਾਨੂੰ ਵੈਰੀਕਸ ਵੇਨ ਹੈਗੀ ਹੈ ਛੋਟੀ ਹੈ ਵੱਡੀ ਹੈ ਵਧੀ ਹੋਈ ਹੈ ਖਰਾਬ ਹੈ ਉਹ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਇੱਕ ਛੋਟੀ ਜਿਹੀ ਟੈਸਟ ਦੁਆਰਾ ਅਸੀਂ ਉਹਨੂੰ ਡਾਇਗਨੋਸ ਕਰ ਸਕਦੇ ਹਾਂ ਉਸ ਦੇ ਬਾਅਦ ਅਸੀਂ ਤੁਹਾਨੂੰ ਸਰਜਰੀ ਆਫਰ ਕਰ ਸਕਦੇ ਹਾਂ ਜਿਹਦਾ ਨਾਂ EVLT ਹੈ ਜੋ ਕਿ ਇਸ ਸਮੇਂ ਦੀ ਸਭ ਤੋਂ ਐਡਵਾਂਸਡ ਟੈਕਨੋਲੋਜੀ ਹੈ ਵੈਰੀਕਸ ਵੇਨ ਨੂੰ ਡੀਲ ਕਰਨ ਦੀ ਜੋ ਪ੍ਰੋਲੇ ਹਸਪਤਾਲ ਚ ਕਾਮਨਲੀ ਕੀਤੀ ਜਾਂਦੀ ਹੈ ਤੇ ਤੁਸੀਂ ਇਹਨੂੰ ਕਰਾ ਕੇ 4 ਘੰਟੇ ਬਾਅਦ ਈਵਨ ਤੁਰ ਸਕਦੇ ਹੋ ਤੇ ਅਗਲੇ ਦਿਨ ਆਪਣੇ ਘਰ ਚ ਜਾ ਸਕਦੇ ਹੋ